ਹੈਲੋ ਟੂ एवरीवन ਹਾਂਜੀ ਬੱਚੋ ਅੱਜ ਆਪਾਂ ਕੱਲ ਜਿਹੜੀ ਕਵਿਤਾ ਪੜ੍ਹੀ ਸੀ ਅਸੀਂ ਦੋਸਤੋ ਪਾਠ ਨੰਬਰ 10 ਵਾਲੀ ਸੋ ਅੱਜ ਆਪਾਂ ਉਸ ਦਾ ਅਭਿਆਸ ਕਰਨੀ ਆ ਪੇਜ ਨੰਬਰ 45 ਠੀਕ ਹੈ ਸੋ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਹੇਠ ਲਿਖੇ ਪ੍ਰਸ਼ਨ ਦੇ ਉੱਤਰ ਖਾਨਿਆਂ ਵਿੱਚ ਚੁਣੋ ਬੱਚੇ ਕਿਸ ਦੀ ਸੇਵਾ ਕਰਨੀ ਚਾਹੁੰਦੇ ਹਨ ਦੇਸ਼ ਦੀ ਬੱਚਿਆਂ ਨੂੰ ਕਿਸ ਰਸਤੇ ਤੇ ਚੱਲਣਾ ਚਾਹੀਦਾ ਹੈ ਸੱਚ ਦੇ ਰਸਤੇ ਤੇ ਹਮੇਸ਼ਾ ਸੱਚ ਕੌਣ ਬੋਲੇ ਬੋਲਣਗੇ ਬੱਚੇ ਠੀਕ ਹੈ ਨੈਕਸਟ ਆਪਾਂ ਦੇਖਾਂਗੇ ਹੇਟ ਲਿਖ ਕੇ ਕਾਫ 17 ਨੂੰ ਪੂਰਾ ਕਰੋ ਕੌਣ ਬੋਲੇਗਾ ਮਿੱਠੀ ਭਾਸ਼ਾ ਅਸੀਂ ਦੋਸਤੋ ਅਸੀਂ ਕੌਣ ਬਣੇਗਾ ਚੰਗਾ ਬੱਚਾ ਅਸੀਂ ਦੋਸਤੋ ਅਸੀਂ ਕੌਣ ਗਰੀਬਾਂ ਦਾ ਰਖਵਾਲਾ ਅਸੀਂ ਦੋਸਤੋ ਅਸੀਂ ਕਮਜ਼ੋਰਾ ਨਾਲ ਚੱਲਣ ਵਾਲਾ ਅਸੀਂ ਦੋਸਤੋ ਅਸੀਂ